वेलकम टू दिस एपिसोड ऑफ द हरप्रीत सिंह शो थोड़ा मेरा साथ हुंदा है हर रोज मंडे टू फ्राइडे सवेरे 8:00 ਤੋਂ ਲੈ ਕੇ 9:00 ਵਜੇ ਤੱਕ ਮंडे टू ਥਰਸਡੇ ਰਾਤ ਨੂੰ 10:00 ਤੋਂ ਲੈ ਕੇ 11:00 ਵਜੇ ਤੱਕ ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਨਦੇ ਆ ਦੁਪਹਿਰ ਨੂੰ 2:00 ਤੋਂ ਲੈ ਕੇ 3:00 ਵਜੇ ਤੱਕ ਅਤੇ ਰਾਤ 8:00 ਤੋਂ ਲੈ ਕੇ 9:00 ਵਜੇ ਤੱਕ ਇਹ ਪ੍ਰੋਗਰਾਮ ਕੱਲਾ ਹੈ ਉਤਰੀ ਅਮਰੀਕਾ ਵਿੱਚ ਜਿਸ ਵਿੱਚ ਕਿ ਹਰ ਰੋਜ਼ ਅਸੀਂ ਸਪਿਰਚੁਅਲਿਟੀ ਬਾਰੇ ਵੀ ਡਿਸਕਸ਼ਨ ਕਰਦੇ ਆ ਉਸ ਤੋਂ ਇਲਾਵਾ ਪੋਲਿਟਿਕਸ ਇਕਨੋਮਿਕਸ ਸਪੋਰਟਸ ਲਾਈਫਸਟਾਈਲ ਅਤੇ ਹੈਲਥ ਇਸ਼ੂਜ਼ ਬਾਰੇ ਸਾਂਝ ਪਾਈ ਜਾਂਦੀ ਹੈ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣੇ ਸੁਲੇਮਾਨ ਹਾਸ਼ਮੀ ਨਾਲ ਇੱਕ ਵਕੀਲ ਹਨ ਇਹ ਸਾਨੂੰ ਦੱਸਣਗੇ ਕਿ ਸਾਡੇ ਪਾਈਚਾਰ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਜਾਂ ਤਾਂ ਕੈਬ ਡਰਾਈਵਰਸ ਹਨ ਜਾਂ ਟਰੱਕ ਚਲਾਉਂਦੇ ਨੇ ਜੇਕਰ ਰੱਬ ਨਾ ਕਰੇ ਕਦੀ ਕੋਈ ਐਕਸੀਡੈਂਟ ਹੋ ਜਾਏ ਤਾਂ ਉਸ ਸਮੇਂ ਕਿਹੜੀ-ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ 让我们 ਵੈਲਕਮ ਸੁਲੇਮਾਨ ਹਾਸ਼ਮੀ ਜੈ ਹਨ ਜੀ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਜੀ ਸੋ ਸੁਲੇਮਾਨ ਜੀ ਜਿਸ ਤਰ੍ਹਾਂ ਆਪਣੇ ਪਾਈਚਾਰੇ ਚ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਫੀਲਡ ਨਾਲ ਜੁੜੇ ਹੋਏ ਨੇ ਇਹਨਾਂ ਕਿਤੇ ਨਾਲ ਟਰਕਿੰਗ ਇੰਡਸਟਰੀ ਨਾਲ ਜਾਂ ਕੈਬ ਡਰਾਈਵਰਸ ਵਜ ਔਰ অফਕर्स ਸੜਕਾਂ ਤੇ ਨੇ ਤੇ ਐਕਸੀਡੈਂਟਸ ਵੀ ਹੁੰਦੇ ਹੋਣਗੇ ਸੋ ਕਈ ਵਾਰੀ ਇਹੋ ਜਿਹੇ ਐਕਸੀਡੈਂਟਸ ਜਿਹੜੇ ਹੋ ਜਾਂਦੇ ਨੇ ਕਿ ਗਲਤੀ ਜਿਹੜੀ ਕੱਢ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਈਸੀਪੀਸੀ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਸਿਚੁਏਸ਼ਨ ਕੁਝ ਹੋਰ ਹੁੰਦੀ ਹੈ ਵਕੀਲ ਜਿਹੜੇ ਨੇ ਉਹ ਕਿਸੇ ਹੋਰ ਤਰੀਕੇ ਨਾਲ ਉਸ ਨੂੰ ਲੈ ਕੇ ਆਂਦੇ ਨੇ ਸੋ ਅੱਜ ਸਾਡੇ ਦਰਸ਼ਕਾਂ ਨੂੰ ਖਾਸ ਤੌਰ ਤੇ ਜਿਹੜੇ ਇਸ ਫੀਲਡ ਨਾਲ ਜੁੜੇ ਉਹਨਾਂ ਨੂੰ ਜਾਣੂ ਕਰਾਉ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਸ ਸਮੇਂ ਬੇਸਿਕਲੀ ਇਹ ਹੈਗਾ ਕਿ ਇਹ ਬੜਾ ਜ਼ਰੂਰੀ ਹੈ ਸਾਡੀ ਕਮਿਊਨਿਟੀ ਚ ਸਪੈਸ਼ਲੀ ਇਨ ਦਾ ਇਨ ਦਾ ਪੰਜਾਬੀ ਸਾਊਥ ਏਸ਼ੀਅਨ ਕਮ जिमें कैब ड्राइवर्स ने जिमें ट्रक जो चलाने हैं खास तौर पर साढ़े कोफ़ी कैब ड्राइवर्स आए हैं कि सा एक्सीडेंट होया पिछू किसी ने मारे है इट्स नॉट आवर फॉल्ट लेकिन आई सब सी कहें कि इट्स अ डबल्यू सी बी कलाइम बेसिकली चक्कर है mm -hmm. कि डजट मैटर कि आई सी बी सी इज़ अ गवर्नमेंट एजेंसी एंड डबल्यू सी बी इज़ अ गवर्नमेंट एजेंसी जे अपने लोगों ने असि तो अपनी कॉम्पनसेशन लैनी है राइट right? जो भी बंदे क्योंकि असी तो नहीं एक्सीडेंट किया किसी होर नहीं किया लेकिन जेरे आई सी बी सी ਨੇ ਕਹਿਣਾ ਕਿ ਪਹਿਲੇ ਉਹ ਕਹਿੰਦੇ ਨੇ ਤੁਹਾਡਾ ਚੋਇਸ ਹੈ ਤੁਸੀਂ ICBC ਕਰਨੀ ਹੈ ਜਾਂ WCB ਰਾਈਟ ਲੇਕਿਨ ਅਗਰ ਤੁਸੀਂ ਉਹਨਾਂ ਨੂੰ ਜਵਾਬ ਨਾ ਦਿਓ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਆਏ ਕਿ ਯੂ نو ਪਿਕ WCB ਤਾ ਉਹ ਪੁਸ਼ ਵੀ ਕਰ ਸਕਦੇ ਨੇ ਉਹਨਾਂ ਨੇ ਕੋਸ਼ਿਸ਼ ਕਰਨੀ ਕਿ ਤੁਹਾਨੂੰ WCB ਦੇ ਉੱਤੇ ਪੁਸ਼ ਕਰੋ ਬਿਕਾਜ਼ WCB ਯੂ ਡੂ ਨਾਟ ਗੈਟ ਪੇਨ ਐਂਡ ਸਫਰਿੰਗ OK ਜੇਵੇਂ ਉਹ ਸੈਟਲਮੈਂਟ ਹੁੰਦੀ ਹੈ ਤੁਹਾਡੀ ਦਰਦਾਂ ਤਕਲੀਫਾਂ ਵਾਸਤੇ ਜੀ WCB ਨਹੀਂ ਦੇਗਾ ਉਹ ਸਿਰਫ ICBC ਇੰਸ਼ੋਰੈਂਸ ਤੁਹਾਨੂੰ ਦੇ ਸਕਦੀ ਹੈ ਐਂਡ ਦੈਟਸ ਵਾਈ ਅਸੀਂ ਕੋਸ਼ਿਸ਼ ਕਰਾਂਗੇ ICBC ਦੇ ਪੋਸਟ ਬਟ ਕੁਐਸਚਨ ਸੁਲੇਮਾਨ ਵਾਟ ਰਾਈਜ਼ਸ ਇਜ਼ ਵੈਨ ਅ ਪਰਸਨ ਹੈਜ਼ ਬੀਨ ਹਿਟ ਵਿਦ ਐਨ ਐਕਸੀਡੈਂਟ ਐਂਡ ਆਮ ਤਾਂ ਸਾਨੂੰ ਪਤਾ ਨਹੀਂ ਹੁੰਦਾ ਕੀ ਕੀਤਾ ਜਾਏ ਉਸ ਸਮੇਂ ਸੋ ਉਸ ਸਮੇਂ ਅਸੀਂ ਫਿਰ ਸਲਾਮਾ ਲੈਨੇ ਆ ਕਿ ਕਿਸੇ ਦਾ ਜੇਕਰ ਹੋਇਆ ਸੀ ਆਪਣੇ ਕਮਿਊਨਿਟੀ ਚ ਆਮ ਤੌਰ ਤੇ ਬਹੁਤ ਹੁੰਦਾ ਹੈ ਕਿ ਉਹਦਾ ਹੋਇਆ ਸੀ ਚਲੋ ਉਹਦੇ ਕੋਲੋਂ ਪੁੱਛ ਲਈਏ ਅਸੀਂ ਇਹ ਕਰ ਲਈਏ ਪ੍ਰੋਫੈਸ਼ਨਲਸ ਕੋਲ ਆਨ ਤੋਂ ਅਸੀਂ ਥੋੜਾ ਜਿਹਾ ਯੂ نو ਕਤਰਾਨੇ ਹੈ ਉਹਦੇ ਪਤਾ ਨਹੀਂ ਕੀ ਕਾਰਨ ਨੇ ਇੱਕ ਤਾਂ ਇਹ ਕਾਰਨ ਸ਼ਾਇਦ ਹੈਗਾ ਕਿ ਅਸੀਂ ਸਮਝਨੇ ਆ ਕਿ ਜਾਂਦੇ ਹੀ ਸਾਰ ਸਾਨੂੰ ਪੈਸੇ ਜਿਹੜੇ ਕਾਫੀ ਖਰਚਨੇ ਪੈਣਗੇ ਇੱਕ ਪ੍ਰੋਫੈਸ਼ਨਲ ਕੋਲ ਕੀ ਇਹੀ ਕਾਰਨ ਹੈ ਜਾਂ ਤੁਸੀਂ ਸਮਝਦੇ ਹੋ ਕਿ ਕੁਝ ਹੋਰ ਵੀ ਕਾਰਨ ਨੇ ਤਾਂ ਉਸ ਸਮੇਂ ਜੇਕਰ ਹੁੰਦਾ ਤਾਂ ਕੀ ਕਰਨਾ ਚਾਹੀਦਾ ਬੇਸਿਕਲੀ ਇਹ ਕਰਨਾ ਚਾਹੀਦਾ ਤੁਸੀਂ ਠੀਕ ਹੈ ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕਰੋ مشورہ ਕਰੋ ਨੋ ਪ੍ਰੋਬਲਮ ਇਸ ਸਾਡੀ ਕਮਿਊਨਿਟੀ ਦਾ ਕਲਚਰ ਅਸੀਂ ਕਰਨਾ ਹੀ ਹੈ ਠੀਕ ਹੈ ਮੈਂ ਵੀ ਕਰਨਾ ਠੀਕ ਐਸੀ ਦੀ ਗੱਲ ਹੈ ਨੰਬਰ 2 ਲੇਕਿਨ ਤੁਸੀਂ ਵਕੀਲ ਦੇ ਕੋਲ ਜਾਓ ਜ਼ਰੂਰ ਕਿਉਂਕਿ ਜਿਹੜੇ ਸਾਡੇ ਸਾਡੇ ਕੋਲ ਕਲਾਇੰਟ ਆਉਂਦੇ ਨੇ ICBC ਵਾਸਤੇ ਜਿਹੜੇ ਸਾਡੇ ਆਫਿਸ ਚ ਆਉਂਦੇ ਨੇ ਦਿਸ ਇਜ਼ ਨੋ ਫੀਰ ਦਰ ਇਜ਼ ਨੋ ਕੰਸਲਟੇਸ਼ਨ ਕਾਸਟ ਸਾਰਾ ਕੁਝ ਅਸੀਂ ਇੱਕ ਵਾਰੀ ਸਾਰਿਆਂ ਤੋਂ ਵੱਡੀ ਜਿਹੜੀ ਚੀਜ਼ ਮੇਰੇ ਵਾਸਤੇ ਹੁੰਦੀ ਹੈ ਮੈਂ ਬ ਵਾਕੀ ਇਹਦੇ ਨਾਲ ਕੁਝ ਹੋਇਆ ਹੈ ਵਾਕੀ ਮੈਂ ਇਹਦਾ ਕੁਝ ਹੈਲਪ ਕਰ ਸਕਣਾ ਜਾਂ ਨਹੀਂ ਕਰ ਸਕਦਾ ਸਾਰੀ ਸਤ ਵਡੀਆਂ ਚੀਜ਼ਾਂ ਇਹ ਨੇ ਐਂਡ ਇਵਨ ਕਿ ਉਹ ਕੰਮ ਕਰ ਰਹੇ ਸਨ ਉਸ ਵਕਤ ਐਂਡ ਉਹਨਾਂ ਨੂੰ ਲੈਟਰ ਵੀ ਮਿਲ ਜਾਏ ਕਿ ICBC ਜਿਹੜੇ ਨੇ WCB ਦੀ ਤਰਫ ਮੈਨੂੰ ਪੁਸ਼ ਕਰ ਰਹੇ ਨੇ ਜੀ you can still fight that but so siddigale osir vakil fight kar sakta hai aam banda kar sakta you can try it but even vakil vast the tough you know the skills you know the padhai hai is so you should go see a lawyer ਹਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਮੈਜੋਰਿਟੀ ਆਈ ਥਿੰਕ ਲਾਇਰ ਜਿਹੜੇ ਨੇ ਇਨੀਸ਼ੀਅਲ ਕੰਸਲਟੇਸ਼ਨ ਉਹਨਾਂ ਦੀ ਫ੍ਰੀ ਹੁੰਦੀ ਹੈ। ਲੈਟਸ ਟੇਕ ਐਨ ਐਗਜ਼ਾਮਪਲ ਕਿ ਕੋਈ ਟਰੱਕ ਡਰਾਈਵਰ ਹੈ ਕੈਬ ਡਰਾਈਵਰ ਹੈ ਸੜਕ ਤੇ ਗੱਡੀ ਚਲਾ ਰਿਹਾ ਹੈਗਾ। ਅ ਚਲੋ ਲੈਟਸ ਟੇਕ ਕਿ ਇੱਕ ਪੀਜ਼ਾ ਦੀ ਗੱਡੀ ਜਾ ਰਹੀ ਹੈ ਵੈਨ ਉਹਦੇ ਨਾਲ ਉਹ ਹਿੱਟ ਕਰ ਜਾਂਦਾ ਹੈ। ਸੋ ਉਸ ਸਮੇਂ ਕਿਸ ਤਰ੍ਹਾਂ ਫਾਲਟ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਤੇ ਕਿਸ ਤਰੀਕੇ ਨਾਲ ਇਸ ਐਗਜ਼ਾਮਪਲ ਨੂੰ ਜੇਕਰ ਅਸੀਂ ਲਈਏ ਤੇ ਕਿਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈਗਾ। ਬੇਸਿਕਲੀ ਇਹ ਕਰਨਾ ਹੈ ਕਿ ਫਰਸਟ ਥਿੰਗ ਫਰਸਟ ਅਗਰ ਥੋੜਾ ਐਕਸੀਡੈਂਟ ਹੁੰਦਾ ਹੈ ਫਰਸਟ and you have to report it pehle apne se dhyan rakho jo bhi twadi injuries vagara hain so you call the police you call ambulance 911 etc us to baad fir technical honda agar if you have an issue ke kind of fault si khaas taur te jadon banda tez ja reya honda ya koi kaam honda busy honda nahi pata chalda vekho ke witnesses keh rene agar koi witnesses hain any enough ke tusi unna di license plate le lo ya any enough ke o the Uh, खड़े हो जा अच्छा तुम ठीक हो वह चले जा इंफोरमेन लो गड़ नेम गड़ फोन नंबर बहुत जरूरी है ठीक okay. है नंबर वन नंबर टू नंबर थ्री जो है जो घर जाओगे जो कंसिडर mm -hmm. करोगे तो आईसी बी सी रिपोर्ट करना है यू कॉल दम यू दम दिस वॉज इन जिम्मे टैक्सी वाला है पिछू मेनू किसी ने माड़िया है ठीक right. है ये सारा कुछ रिपोर्ट करना है वंस यू रिपोर्ट इट फिर उस तो बाद द नैक्स स्टैप इज probably before tusse kuch sign karo te ICBC nu baghair soche samjhe tusse de deo Jee. talk to a lawyer right. zarur khaas taur te sadi community che desi community che hunda hai ke loki kehnde ne theek hai hun uh, main sara kuch mere kol aunde ne loki main ohna nu puchna hai કે اچھا ઠીક હે તુસી ICBC ਨਾਲ ਗੱਲ ਕੀਤੀ ਇੰਨੇ ਮੈਂ ਨਹੀਂ ਕੀਤੀ ਐਂਡ ਤੱਕ ਸਾਰੇ ਇਨਫਰਮੇਸ਼ਨ ਲੈ ਐਂਡ ਤੇ ਫਿਰ ਮੈਂ ਫਿਰ ਦੁਬਾਰਾ ਪੁੱਛਣਾ ਤુਸੀ ਗੱਲ ਕੀਤੀ ਕਿ ਨਹੀਂ ਨਹੀਂ ਮੈਂ ਅਸੀਂ ਨਹੀਂ ਕੀਤੀ ਤુਸੀ ਕੁਝ ਸਾਈਨ ਕੀਤਾ ਹੈ ਕਿ ਨਹੀਂ ਸੋਚਾਂ ਜੇ ਪਹਿਲੇ ਕਿ ઓ ਸੀ ਹਾਜ਼ੀ ਸਾਈਨ ਕੀਤਾ ਸੀ ਸੋ ਜਸਟ ਬੀ ਕੇਅਰਫੁਲ ਇਹ ਚੀਜ਼ ਤੋਂ ਤુਸੀ ਬਾਅਦ ਚ ਵੀ ਸਾਈਨ ਕਰ ਸਕਦੇ ਹੋ ਬਿਕਾਉਜ਼ ICBC ਹੈਜ਼ ਇਟਸ ਓਨ ਇੰਟਰਸਟ ਇਟਸ ਨੋਟ ਗੋਇੰਬੀ ਟਾਕਿੰਗ ਇਨ ધ ਇੰਟਰਸਟ ਆਫ ધ ਕਾਮਨ ਪਰਸਨ ਇਹ ਵਾਲਾ ਜਿਹੜਾ ਹੈਗਾ ਕਿਉਂਕਿ ਉਹਨਾਂ ਦੇ ਆਪਣਾ ਦੇਖਣਾ ਕਿ ਕਿੱਥੋਂ ਉਹਨਾਂ ਨੂੰ ਫਾਇਦਾ ਹੁੰਦਾ ਹੈ ਸਰੀ ਇਹ ਕੇਸ ਸੀ ਅਸੀਂ ਕੋਰਟ ਚ ਵੀ ਗਏ ਸੀ ਨਾ ਉਸ ਕੇਸ ਤੇ ਉੱਤੇ ਸੀ ਅਮ ਸਾਡੇ ਕਲਾਇੰਟ ਨੂੰ ਇੱਕ ਯੰਗ ਮੁੰਡਾ ਸੀ ਔਨ ਦੀ ਐਕਸੀਡੈਂਟ ਹੋਇਆ ਸੀ ਵਾਸ ਨਾਟ ਹਿਸ ਫਾਲਟ ਬੇਸਿਕਲੀ ਪੇਨ ਐਂਡ ਸਫਰਿੰਗ ਜੋ ਡੈਮੇਜਸ ਸੀ ਔਨ ਦੀ ਉੱਤੇ ਸੀ ਅਸੀਂ ਗਏ ਸੀ ਉਹਨੇ ਕਿਹਾ ਮੈਂ ਕੁਝ ਨਹੀਂ ਸਾਈਨ ਕਰਕੇ ਦਿੱਤਾ ਸਾਰਾ ਕੁਝ ਠੀਕ ਹੈ ਮੈਂ ਕਿਹਾ ਠੀਕ ਹੈ ਐਂਡ ਤੇ ਬਾਅਦ ਚ ਵੀ ਨਹੀਂ ਕੀਤਾ ਕੇਸ ਆ ਗਈ 2 ਸਾਲ ਤੋਂ ਬਾਅਦ ਲੱਗ ਸੇ ਬਾਦਛੇ ਇੱਕ ਦੇਸੀ ਡਾਕਟਰ ਵੀ ਸੀ ਉਹਨੇ ਕੋਲ ਦੂਜਾ ਵਕੀਲ ਆਈਸੀਬੀਸੀ ਕਹਿੰਦੇ ਸੀ ਅਸੀਂ ਉਹਨੂੰ ਇੰਟਰਵਿਊ ਲੈਣੇ ਮੈਂ ਕਿਹਾ ਠੀਕ ਹੈ ਮੈਂ ਵੀ ਉੱਥੇ ਹੋਣਾ ਮੈਂ ਉੱਥੇ ਗਿਆ ਮੈਂ ਉਹਦੇ ਨਾਲ ਗੱਲ ਕੀਤੀ ਪਹਿਲੇ ਮੈਂ ਕਿਹਾ ਤੂੰ ਕੋਈ ਸਾਈਨ ਕਰਕੇ ਤੂੰ ਇਹ ਇਹ ਚੀਜ਼ਾਂ ਤੇ ਨਹੀਂ ਕੀਤੀਆਂ ਆਈਸੀਬੀਸੀ ਨੂੰ ਕਹਿੰਦਾ ਮੈਂ ਨਹੀਂ ਕੁਝ ਕੀਤਾ ਜੀ ਤੇ ਉੱਥੇ ਮੈਂ ਗਿਆ ਤੇ ਉਹ ਇੰਟਰਵਿਊ ਲੈ ਰਿਹਾ ਬੰਦਾ ਵਕੀਲ ਤੇ ਵਕੀਲ ਕਹਿੰਦਾ ਡਾਕਟਰ ਸਾਹਿਬ ਤੁਸੀਂ ਫਲਾਮ ਵਕਤ ਇਹ ਕਿਹਾ ਸੀ ਡਾਕਟਰ ਸਾਹਿਬ ਕਹਿੰਦੇ ਨੇ ਨਹੀਂ ਮੈਂ ਨਹੀਂ ਕਿਹਾ ਕਹਿੰਦੇ ਡਾਕਟਰ ਸਾਹਿਬ ਇਹ ਤੁਹਾਡੇ ਸਾਈਨ ਨੇ ਤੇ ਤੁਸੀਂ ਕੀ ਕਹਿੰਦੇ ਹੋ ਪਰੇਸ਼ਾਨ ਹੋ ਗਏ ਕਹਿੰਦੇ ਨਾ ਉਹ ਅੱਛਾ ਨਹੀਂ ਅਸੀਂ ਸਾਈਨ ਕੀਤਾ ਲੇਕਿਨ ਇਹਦਾ ਇਹ ਨਹੀਂ ਮਤਲਬ ਸੋ ਉਹਦੇ ਨਾਲ ਸਾਰਾ ਕੇਸ ਜਿਹੜਾ ਉਹ ਬਿਲਕੁਲ ਖਤਮ ਹੋ ਸਕਦਾ ਹੈਗਾ ਉਹਦਾ ਕੋਈ ਬੈਨੀਫਿਟ ਹੋਇਆ ਨਹੀਂ ਸੀ ਸ਼ੁਕਰ ਹੈ ਵੈਲ ਦੈਟਸ ਅ ਸੈਪਰੇਟ ਇਸ਼ੂ ਬਟ ਦੈਨ ਆਫ ਕੋਰਸ ਕ੍ਰੈਡੀਬਿਲਟੀ ਜਦੋਂ ਖਤਮ ਹੋ ਗਈ ਤਾਂ ਫਿਰ ਤਾਂ ਕੇਸ ਖਤਮ ਹੋ ਗਿਆ ਧੰਨਵਾਦ ਤੁਹਾਡਾ ਇਤਿਹਾਸ ਬਣਾਉਣ ਲਈ ਥੈਂਕ ਯੂ ਥੈਂਕ ਯੂ ਭਾਈ ਖਾਲਸਾ ਕ੍ਰੈਡਿਟ ਯੂਨੀਅਨ ਵਿੱਚ ਅੱਜ ਹੀ ਆਓ ਤੇ ਵਧੀਆ ਵਿਆਜ ਪਾਓ ਪਰਿਵਾਰਿਕ ਮਾਹੌਲ ਜਿੱਥੇ ਤੁਹਾਨੂੰ ਪਰਸਨਲਾਈਜ਼ਡ ਸਰਵਿਸਿਜ਼ ਮਿਲਦੀਆਂ ਹਨ ਖੁਲਵਾਣਾ ਹੋਵੇ ਪਰਸਨਲ ਟੈਕਸ ਫ੍ਰੀ ਸੇਵਿੰਗ ਅਕਾਊਂਟ ਜਾਂ ਫਿਰ ਬਿਜ਼ਨਸ ਖਾਤਾ ਜਾਂ ਫਿਰ ਲੈਣੀ ਹੋਵੇ ਮੌਰਗੇਜ ਜਾਂ ਲਾਈਨ ਆਫ ਕ੍ਰੈਡਿਟ ਖਾਲਸਾ ਖਰੇ ਯੂਨੀਅਨ ਉਹ ਰਾਜ ਜਿੱਤੇ ਤੁਸੀਂ ਹਮੇਸ਼ਾ ਵਿਸ਼ਵਾਸ ਕਰ ਸਕਦੇ ਹੋ ਯਾਦ ਰੱਖੋ ਖਾਲਸਾ ਕ੍ਰੈਡਿਟ ਯੂਨੀਅਨ ਪੰਜ ਬ੍ਰਾਂਚਸ ਲੋਅਰ ਮੇਨ ਬੈਂਕ ਤੇ ਵਿਕਟੋਰੀਆ ਵਿੱਚ ਸਰਵ ਕਰ ਰਹੀ ਹੈ ਖਾਲਸਾ ਖਰੇ ਯੂਨੀਅਨ ਤੁਹਾਡੀ ਆਪਣੀ ਕ੍ਰੈਡਿਟ ਯੂਨੀਅਨ ਹੈ